வலியம் வஹஃபிதன் வகாயதன் வநாசிரன் மதலீலன் வைனநஹதா துஸ்கினஹு அர்தகாத்தவன் மதுமத்தேயஹு ஃபீஹா தவீல யா ரப் முஹம்மதின் வால முஹம்மத் ஸல்லி அலா முஹம்மதின் வால முஹம்மத் வாஜில் ஃபரஜா ஆல முஹம்மது சி ஸலவாத் லே தாடியாம் போவேன் புத்தராம் கூ கியோ குஜ் வக்த் பச்சதே மேரே கோ கியோ மேனு ஹுக்கம் ஹை ਟਾਈਮ ਕਾਫੀ ਦੇਰ ਦਾ ਬੈਠਾ ਜ਼ਾਕਰ ਦੇਰਨ ਲੈ ਦਾੜੀਆਂ ਪਵਣ ਵਾ ਪੁੱਤਰਾਂ ਕੋ ਤੇਰੀ ਮਿੰਨਤ ਨਹੀਂ ਕਰਨੀ ਅਲਤਾਫ ਭਾਈ ਦਾ ਹੁਕਮ ਹੈ ਅਲੀ ਅਕਬਰ ਦੇ ਦੋ ਜੁਮਲੇ ਮੈਂ ਆਖਣਾ ਲੈ ਦਾੜੀਆਂ ਪਵੇਣ ਪੁੱਤਰਾਂ ਕੋ ਮਾਂ ਪਿਓ ਕੋ ਮਿਲਦਾ ਚੈਨ ਓ ਬਦ ਨਜ਼ਰਾਂ ਤੋਂ ਮਹਿਫੂਜ਼ ਰਵੇ ਦਿੰਦੀ ਢੇਰ ਦੁਆਵਾਂ ਸ਼ਾਬਾਸ਼ ਸ਼ਾਬਾਸ਼ ਜੀ ਮੈਂ ਬਿਸਮਿਲ੍ਲਾ ਕਰਾਂ ਜੀ ਬੜੇ ਹੌਸਲੇ ਨਾਲ ਜਿਤਨਾ ਬਰਦਾਸ਼ਤ ਕਰੋ ਉਤਨਾ ਮੈਂ ਬਦ ਨਜ਼ਰਾਂ ਤੋਂ ਮਹਿਫੂਜ਼ ਰਵੇ ਦਿੰਦੀ ਢੇਰ ਦੁਆਵਾਂ ਦੁਆਵਾਂ ਭੈਣੇ ਜੀ ਸਦਕੇ ਜਾਵਾਂ ਜੀ ਸਦਕੇ ਜੀ ਮਲੰਗ ਜੀ ਲੱਖ ਵਾਰੀ ਥੋੜੀ ਜਿਹਾ ਆਵਾਜ਼ ਥੋੜੀ ਜਿਹੀ ਲੈ ਦਾੜੀਆਂ ਪਵਣ ਵਾ ਪੁੱਤਰਾਂ ਕੋ ਮਾਂ ਪਿਓ ਨੂੰ ਮਿਲਦਾ ਚੈਨ ਬਦ ਨਜ਼ਰਾਂ ਤੋਂ ਮਹਿਫੂਜ਼ ਰਵੇ ਦਿੰਦੀ ਢੇਰ ਦੁਆਵਾਂ ਸ਼ਾਬਾਸ਼ 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 ਹੱਥ ਨਾ ਮੰਨੋ ਜੀ ਨੌਕਰ ਹੱਥ ਨਾ ਮੰਨੋ ਨੌਕਰ ਜੀ ਲੱਖ ਵਾਰ ਲੱਖ ਵਾਰ ਲੈ ਦਾੜੀਆਂ ਪਵਣ ਪੁੱਤਰਾਂ ਕੋ ਮਾਂ ਪਿਓ ਨੂੰ ਮਿਲਦਾ ਚੈਨ ਬਦ ਨਜ਼ਰਾਂ ਤੋਂ ਮਹਿਫੂਜ਼ ਰਵੇ ਦਿੰਦੀ ਢੇਰ ਦੁਆਵਾਂ ਦੁਆਵਾਂ ਸ਼ਾਬਾਸ਼ ਮੈਂ ਪਿਆਦਾ ਮੇਰੇ ਪੀਰ ਦੇ ਪੁੱਤਰ ਅਲੀ ਅਕਬਰ ਦੇ ਵੋ ਨਹੀਂ ਵਾਲ ਦਾ ਮੁੱਲ ਦਾ ਰਹਿਣੇ ਰੋਂਦੇ ਕਿਉਂ ਆ ਰੱਬ ਜਾਣੇ ਕਿਵੇਂ ਜਿੰਦੇ ਨੂੰ ਬਦੀਤਾ ਤੁਲ ਹਨਾਕ ਆਇਆ ਨਹੀਂ ਉਹ ਬੰਦਾ ਮਜਲਸੇ ਚ ਸਾਏ ਨਹੀਂ ਕੀਤੀ ਜੀ ਸਦਕੇ ਜੀ ਮੈਂ ਲੱਖ ਵਾਰੀ ਮੈਂ ਪਿਆਦਾ ਮੇਰੇ ਪੀਰ ਦੇ ਪੁੱਤਰ ਅਲੀ ਅਕਬਰ ਦੇਵਾਂ ਨਹੀਂ ਵਾਲ ਦਾ ਮੁੱਲ ਦਾ ਰਹਿਣੇ ਰੱਬ ਜਾਣੇ ਕਿਵੇਂ ਜਿੰਦੇ ਨੂੰ ਆ ਬਦੀਤਾ ਤੁਲ ਹਨਾਕ ਇਹ ਮਤਲਬ ਸਰ ਕਿਹੜੀ ਲੋੜ ਹੈ ਮੈਂ ਡੇਢ ਘੰਟਾ ਪੜਾ ਬਾਬਾ ਆ ਰੱਬ ਜਾਣੇ ਕਿਵੇਂ ਜਿੰਦੇ ਨੂੰ ਬਦੀਤਾ ਤੁਲ ਹਨਾਕ ਹਨਾਕ ਹੁਸੈਨ ਮੈਂ ਲੱਖ ਵਾਰੀ ਆਖਾਂ ਉੱਥੇ ਉੱਥੇ ਰੱਬ ਜਾਣੇ ਕਿਵੇਂ ਜਿੰਦੇ ਨੂੰ ਬਦੀਤਾ ਤੁਲ ਹਨਾਕ ਇੱਕ ਬੰਦ ਹੋਰ ਯਾਦ ਆਏ ਦਿਲ ਪੜਾ ਕੋਈ ਕਿਹੜੀ ਗੱਲ ਮੈਂ ਤੇਰੇ ਤੋਂ ਮਨਾਣੀ ਹੈ ਹਮ ਸ਼ੱਕਾ ਲੱਪੇ ਅੰਬਾਰ ਦੇ ਵਾਲ ਦੀ ਕੀਮਤ ਜੇ ਪੁੱਛਿਆ ਕੋਈ ਲੈਲਾ ਤੋਂ ਓ ਅਕਬਰ ਦੇ ਬਦਾਨ ਦਾ ਪਾਕ ਪਸੀਨਾ ਮਹੰਗਾ ਕੁੱਲ ਦੁਨੀਆ ਤੋਂ ਫਜ਼ਲ ਅਬਾਸ ਬੰਦ ਦੀ ਆਖਰੀ ਸਤਰ ਜਿਹਨੂੰ ਸਮਝ ਆ ਗਈ ਉਹਦੀ ਜ਼ਿੰਦਗੀ ਦਾ ਰੋਣ ਹੈ
ਅਕਬਰ ਦੇ ਬਦਾਨ ਦਾ ਪਾਕ ਪਸੀਨਾ ਮਹੰਗਾ ਕੁੱਲ ਦੁਨੀਆ। ਅਮਰ ਮੇਰਾ, ਅਮਰ ਮੇਰਾ ਵੀਰ ਇਮਾਮ ਹੁਸੈਨ ਦਾ ਜ਼ਾਕਿਰ ਹੈ। 70 ਆਖਰੀ ਜੇ ਸਮਝਾ ਸਕਿਓ। ਮੈਂ ਪਿਆਦਾ ਅਕਬਰ ਦੀ ਲਾਸ਼ ਦੇ ਕੋਲ ਖੜੋ ਕੇ ਪਈਆ ਦੀ ਕੁਬਰਾ ਕੋ ਰੋ ਕੇ ਪਈਆ ਦੀ ਮੈਂ ਕੁੱਠੀ ਹੋਏ ਪੁੱਤਰ ਦਾ ਮੂੰਹ ਚੁੰਮਣਾ ਹੈ ਮੈਨੂੰ ਪੁੱਛਦੇ ਆਉਣ ਦੀ ਬੀਬੀਆ ਦੀ 18 ਸਾਲ ਮੈਂ ਬਛੜਾ ਨਹੀਂ ਆਖਿਆ ਬੀਬੀਆ ਦੀ ਟੁਰਦੇ ਦੀ ਕਨਵੇ ਦੀ ਰਹੀਆਂ ਆਦੀ ਰਹੀਆਂ ਜਵਾਨੀਆਂ ਮਾਣੇ ਮੈਂ ਤੇਰੀ ਮਾਂ ਸ਼ਾਬਾਸ਼ ਕਿਆ ਬਾਤ ਹੈ ਯਾਰ ਮੈਂ ਕੁੱਠੇ ਪੁੱਤਰ ਦਾ ਮੂੰਹ ਚੁੰਮਣੇ ਮੈਨੂੰ ਪੁੱਛਦੇ ਆਉਂਦੀ ਆਉਂਦੀ ਮਾਂ ਤੋਂ ਮਾਂ ਤੋਂ ਸ਼ਾਬਾਸ਼ ਬੜੇ ਹੌਸਲੇ ਨਾਲ ਮੈਂ ਇਮਾਮ ਹੁਸੈਨ ਦਾ ਜ਼ਾਕਿਰ ਹਾਂ। ਮਾਹੌਲ ਵਕਤ ਸਾਰਾ ਤੁਹਾਡੇ ਸਾਹਮਣੇ, ਸ਼ਾਮ ਹੁੰਦੀ ਪਈ ਹੈ ਔਰ ਮੈਂ ਨਹੀਂ ਚਾਹੁੰਦਾ ਕਿਸੇ ਸ਼ਰੀਫ ਦੀ ਧੀ ਨੂੰ ਰਸਤੇ 'ਚ ਸ਼ਾਮ ਹੋ ਜਾਏ। ਕਮ ਅਜ਼ ਕਮ ਮੈਂ ਮੂਜਬ ਨਾ ਬਣਾ ਇਸ ਬਾਤ ਦਾ। ਰਣ ਬਿਰਾ ਰੋਣਾ ਨਾ ਰੋਣਾ ਤੇਰੀ ਮਰਜ਼ੀ ਹੈ। 19-20 ਮੁਹਰਮ ਦੀ ਦਰਮਿਆਨੀ ਸ਼ਬ ਆ ਰਹੀ ਹੈ। ਹਰ ਬੰਦੇ ਦੇ ਚਿਹਰੇ 'ਤੇ ਮੇਰੀ ਦੀਦ ਹੈ। ਜ਼ਾਕਿਰ ਵਾਸਤੇ ਨਹੀਂ ਰੋਣਾ, ਕਬਰ ਵਾਸਤੇ ਰੋਣਾ ਹੀ। ਸਦਕੇ ਜਾਵਾਂ, ਜੁਮਲਾ ਤੁਸੀਂ ਨਹੀਂ ਸੁਣਿਆ, ਕਮਰ ਬਿਰਾ ਪਿਆਦਾ ਸਾਡੀਆਂ ਨੂੰ ਸ਼ਾਮ ਆ ਜਾਂਦੀ ਅਲੀ ਦੀਆਂ ਦੀਆਂ ਨੂੰ। ਆਇਓ ਮੈਂ ਸਦਕੇ ਜਾਵਾਂ, ਆਇਓ ਮੈਂ ਸਦਕੇ ਜਾਵਾਂ। ਓ ਮੈਂ ਸਦਕੇ ਜਾਵਾਂ, ਜੁਮਲਾ ਮੇਰੇ ਵੀਰ ਦਾ ਮੇਰੇ 'ਤੇ ਹੁਕਮ ਪੂਰਾ ਕਰਦਾ। 9 ਦੀ ਰਾਤ ਏ, ਸ਼ਬੀਰ ਕੁਰਸੀ 'ਤੇ ਅਕਬਰ ਸਾਹਮਣੇ ਦਾੜੀ ਤਲੇ ਹੱਥ ਰੱਖ ਕੇ ਪੁੱਤਰ ਦੀ ਨਾ ਇੰਜ ਅਤੇ ਸ਼ਬੀਰ ਪਿਆ ਦਿਨ ਮੈਂ ਦੇਣੀ ਅੱਲਾ ਦੀ ਰਾਤ 'ਤੇ ਕੁਰਬਾਨੀਆਂ। ਜਦੋਂ ਔਲਾਦ ਜਵਾਨ ਹੋਵੇ ਅਕਬਰ ਪਿਓ ਪੁੱਤਰਾਂ ਨਾਲ ਸਲਾਹ ਕਰ ਦਿਨ, ਤੂੰ ਮੇਰਾ ਜਵਾਨ ਪੁੱਤਰ ਹੈ, ਮੈਂ ਤੇਰਾ ਬੁੜੜਾ ਪਿਓ ਹਾਂ, ਦਿਲ ਲੈ ਮੈਂ ਤੇਰੀ ਮਿਹਨਤ ਨਹੀਂ ਕਰਨੀ, ਮੈਂ ਪਹਿਲੇ ਅਰਜ਼ ਕੀਤੀ ਹੈ, ਕਿਹੜਾ ਮੈਂ ਸਿਆਲਕੋਟ ਵਾਲਿਆ ਤੇਰੇ ਤੋਂ ਮਨਾਉਣਾ, ਕੱਲ੍ਹ ਫਿਰ ਮੈਂ ਤੇਰੀ ਨੌਕਰੀ 'ਚ ਹਾਜ਼ਰ ਹਾਂ। ਅਕਬਰ ਜ਼ਿੰਦਗੀ ਦੀ ਆਖਰੀ ਰਾਤ ਹੈ, ਅਕਬਰ ਮੇਰਾ ਦਿਲ ਹੈ, ਮੈਂ ਜੰਗ ਤੇਰੇ ਤੋਂ ਸ਼ੁਰੂ ਕਰਾਂ, ਹੋਵੇ ਸ਼ੀਆ ਜੱਦੀ ਪੁਸ਼ਤੀ, ਸੁਬਾਹ ਦੀ ਮਜਲਿਸ ਸ਼ੁਰੂ ਹੋਵੇ, ਸਿਆਲਕੋਟ ਦਾ ਮਜਮਾ ਸ਼ਾਮ ਦਾ ਵੇਲਾ ਹੋਵੇ, 70 ਬੰਦੇ ਤਿਹਾਏ ਨਾ ਕਰੇ, ਪਤਾ ਨਹੀਂ ਉਹ ਕਿਤਨਾ ਅਮੀਰ ਹੈ। ਅਕਬਰ ਦੇ ਬਾਬਾ ਜੇ ਜੰਗ ਸ਼ੁਰੂ ਹੀ ਮੈਂ ਕਰਨੀ ਹੈ ਨਾ, ਮੇਰਾ ਆਖਰੀ ਸਲਾਹ ਹਨ। ਇੰਜ ਆਉਂਦੀ ਹੈ ਮਾਂ ਪਿਓ ਦੀ ਅਤਾਤ, ਇੰਜ ਆਉਂਦੀ ਹੈ ਮਾਂ ਪਿਓ ਦੀ ਅਤਾਤ। ਸ਼ਾਬਾਸ਼ ਸ਼ਾ ਬਾਬਾ ਜੇ ਜੰਗ ਸ਼ੁਰੂ ਹੀ ਮੈਂ ਕਰਾਂ ਫਿਰ ਮੇਰਾ ਆਖਰੀ ਸਲਾਮ ਨਾ ਭੈਣਾਂ ਨੂੰ ਮਿਲਦਾ ਨਾ ਮਾਵਾਂ ਨੂੰ ਮਿਲਦਾ, ਇੱਥੋਂ ਹੀ ਮੈਦਾਨ 'ਚ ਪੁੱਤਰ ਦੀ ਦਾੜੀ ਚੁੰਮ ਕੇ ਦੇ, ਤੂੰ ਕੀ ਸਮਝਦਾ ਤੇਰਾ ਟੋਰਨਾ ਸੌਖਾ ਹੈ। ਅਕਬਰ ਤੈਨੂੰ ਨਹੀਂ ਪਤਾ ਅਜੀ ਉਹ ਮਾਵਾਂ ਹੈ ਇੰਤਜ਼ਾਰ ਹੈ ਚੰਨ, ਅਕਬਰ ਸਾਨੂੰ ਮਾਂ ਆਖੇ। ਅਕਬਰ ਦਾ ਬਾਬਾ ਜੀ ਦੀ ਗੱਲ ਪੇ ਕਰਦੇ ਹੋ ਨਾ, ਹੁਣ ਤੇ ਮੈਂ ਮਿਲ ਆਇਆ, ਤੋੜ ਤੱਕ ਮੇਰੀ ਦੀਦ ਹੈ, ਮੈਂ ਨਾਮ ਵੇਖਾਂ 12 ਪਿਆ ਵੇਦ ਹੈ, ਜ਼ਾਕਿਰ ਵਾਸਤੇ ਮੈਂ ਪਹਿਲੇ ਅਰਜ਼ ਕੀਤੀ ਨਹੀਂ, ਕਬਰ ਵਾਸਤੇ ਹਾਏ ਕਰੀ। ਅਕਬਰ ਦੇ ਬਾਬਾ ਦੋ ਜੁਮਲੇ ਮੈਂ ਪੜ੍ਹਨੇ, ਮੈਂ ਪੜ੍ਹ ਚੁੱਕਿਆ ਆਪਣੇ ਹਿੱਸੇ ਦੀ ਨੌਕਰੀ। ਅਕਬਰ ਦੇ ਬਾਬਾ ਬਾਨੀ ਦੀ ਅਸੀ ਅਤੇ ਚਾ ਕਿਹੜਾ ਜ਼ਾਕਰੀ ਮਨਵਾਉਣ ਆਉਣਾ ਹੁੰਦਾ। ਅਕਬਰ ਦੇ ਬਾਬਾ ਤੁਸੀਂ ਹੁਕਮ ਦਿੱਤਾ ਨਾ ਅਬਾਸ ਅਤੇ ਅਕਬਰ ਫੁੱਫੀ ਆਲੀਆ ਦੇ ਖੇਮੇ ਦਾ ਪਾਰਾ ਦਿਓ, ਮੈਂ ਅਤੇ ਮੇਰਾ ਚਾਚਾ ਗਾਜ਼ੀ ਹੱਥ 'ਚ ਤਲਵਾਰਾਂ ਲੈ ਕੇ ਮੋਢੇ ਨਾਲ ਮੋਢਾ ਫੁੱਫੀ ਦੇ ਖੇਮੇ ਦਾ ਪਾਰਾ ਦੇ ਰਿਹਾ। ਵਸਦੇ ਕਿਉਂਕਿ ਜੇ ਖੇਮੇ 'ਚ ਮੌਜੂਦ ਹਮ ਪੁੱਤਰ ਵਾਲੀ ਕੋਲ ਪੁੱਤਰ, ਵਾਰਸ ਵਾਲੀ ਕੋਲ ਵਾਰਸ, ਮੌਲਤ ਨੂੰ ਸ਼ਿਫਾ ਦੇਵੇ। ਅਕਬਰ ਦੇ ਬਾਬਾ ਇਹ ਇੰਝ ਕਰਕੇ ਨਾ ਪਾਰਾ ਪੇ ਦਿੰਦੇ, ਪਹਿਲਾ ਚੱਕਰ ਮੁੜਿਆ ਨਾ ਅਤੇ ਚਾਚਾ ਤਰੀਖਾ ਟੁਰ ਗਿਆ, ਮੈਂ ਪਿੱਛੇ ਨਹੀਂ ਗਿਆ, ਮੈਂ ਰੁਕਿਆ, ਦੂਆ ਚੱਕਰ ਫਿਰ ਚਾਚਾ ਤਰੀਖਾ, ਤ੍ਰੀਆ ਚੱਕਰ ਮੈਂ ਪਿੱਛੇ ਨਹੀਂ ਗਿਆ, ਮੈਂ ਫਿਰ ਪਿੱਛੇ ਚਲਾ ਗਿਆ। ਮੈਂ ਕਿਹਾ ਚਾਚਾ ਜਾ ਕੇ ਮੈਂ ਜਿਵੇਂ ਬੁਲਾਉਣ ਲੱਗਾ ਤਾਂ ਮੈਂ ਡਿੱਠਾ ਨਾ ਅੰਧੇਰੇ 'ਚ ਖੜੋ ਕੇ, ਇੰਝ ਕਰਕੇ ਗਾਜ਼ੀ ਰੋਂਦਾ ਬੈਠਾ। ਮੈਂ ਚਾਚੇ ਦੇ ਗੱਲ 'ਚ ਬਾਈ ਪਾ ਕੇ ਆਖਿਆ, ਤੁਸੀਂ ਤੇ ਮੇਰੇ ਬਾਬੇ ਦੀ ਫੌਜ ਦੇ ਜਰਨੈਲ ਹੋ,
ਤੁਸੀਂ ਕਿਉਂ ਰੋਂਦੇ ਹੋਵੇ? ਸ਼ੀਆ ਹੈ ਨਾ ਕਰੇ ਅਕਬਰ ਦੇ ਬਾਬਾ ਮੇਰੇ ਗੱਲ ਚ ਬਾਈ ਪਾ ਕੇ ਦਿਨ 9 ਲੱਖ ਦੇ ਡਰ ਤੋਂ ਨਹੀਂ ਤੇਰੀ ਜਵਾਨੀ ਨੂੰ ਪਿਆ ਰੋਣਾ। ਲਮਾਨ ਲਮਾਨ ਧੀਆਂ ਅਲੀ ਦੀਆਂ ਰਾਜ਼ੀ ਹੋ ਜਾਣ, ਧੀਆਂ ਅਲੀ ਦੀਆਂ ਰਾਜ਼ੀ, ਅੱਲਾ ਮਾਤਮ ਕਬੂਲ ਕਰੇ। ਅਕਬਰ ਮੈਂ 9 ਲੱਖ ਦੇ ਡਰ ਤੋਂ ਨਹੀਂ ਰੋਂਦਾ ਤੇਰੀ ਜਵਾਨੀ ਨੂੰ ਰੋਣਾ, ਤੇਰੇ ਜੀ ਸੂਰਤ ਫਿਰ ਦੁਨੀਆਂ ਤੇ ਨਹੀਂ ਆਣੀ। ਇੱਥੇ ਰੁਕ, ਮੈਂ ਇੱਕ ਮਿੰਟ ਆਇਆ, ਇੱਕ ਲਾਜ਼ਾ ਅਕਬਰ ਦੇ ਬਾਬਾ ਮੈਂ ਰੁਕਿਆ, ਜਲਦੀ ਨਾਲ ਮੇਰਾ ਚਾਚਾ ਗਿਆ ਕੁਰਸੀ ਲੈ, ਮੈਨੂੰ ਕੁਰਸੀ ਤੇ ਬਹੁ, ਪੁੱਤਰ ਦੀ ਖੈਰ ਹੋਵੇ ਕੁਰਸੀ ਤੇ ਬਹੁ। ਮੈਂ ਆਖਿਆ ਚਾਚਾ ਤੁਹਾਡੇ ਹੁੰਦਿਆਂ ਮੈਂ, ਮੈਨੂੰ ਉਹਦਿਨ ਸ਼ਬੀ ਹੈ ਪੈਗੰਬਰ ਸਮਝ ਕੇ ਨਹੀਂ, ਹੁਸੈਨ ਦਾ ਪੁੱਤਰ ਸਮਝ ਕੇ ਨਹੀਂ, ਤੂੰ ਮੁਹੰਮਦ ਬਣ ਕੇ ਕੁਰਸੀ ਤੇ ਬਹੁ, ਮੈਂ ਅਲੀ ਬਣ ਕੇ ਜ਼ਮੀਨ ਤੇ ਬਹਿਣਾ। ਮੈਂ ਮੰਨਦਾ ਹੀ ਨਹੀਂ, ਬੰਦਾ ਜੱਦੀ ਪੁਸ਼ਤੀ ਸ਼ੀਆ ਹੋਵੇ, ਹਲਕੇ ਦਾ ਮਾਤਮੀ ਹੋਵੇ ਤੇ ਬੰਦਾ ਹਾਏ ਨਾ ਕਰ ਸਕੇ। ਅਕਬਰ ਦੇ ਬਾਬਾ ਮੈਂ ਕੁਰਸੀ ਤੇ ਬੈਠਾ, 3 ਦਫ਼ਾ ਸ਼ਬੀਰ ਉੱਠੇ ਤੇ ਬੈਠੇ, ਰੋ ਕੇ ਪਿਆ ਦਿਨ ਤੂੰ ਤੇ ਬਹਿ ਗਿਆ ਤੇ ਮੇਰਾ ਬਿਰਾ। ਸ਼ਾਬਾਸ਼ 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 ਸ਼ਾ ਜੀ, ਸਦਕੇ ਜਾਵਾਂ, ਤੂੰ ਤੇ ਬਹਿ ਗਿਆ ਤੇ ਮੇਰਾ ਬਿਰਾ। ਅਕਬਰ ਦੇ ਬਾਬਾ ਤੁਹਾਡਾ ਬਿਰਾ ਜ਼ਮੀਨ ਤੇ ਇੰਜ ਬੈਠੇ ਜਿਵੇਂ ਨਿਮਾਜ਼ ਦੀ ਤਸ਼ਦ ਚ ਪਾਉਂਦੇ ਨੇ। ਮੇਰੇ ਪਾਸੇ ਵੇਖ ਕਦਨ ਅਕਬਰ, ਇਹ ਜੁਮਲਾ ਸੁਣ ਤੇ ਵੈਣ ਕਰੀ, ਅਕਬਰ ਇੱਕ ਰਾਜ਼ ਹੈ, ਕਿਉਂਕਿ ਮੈਨੂੰ ਅਲਤਾਫ ਆ ਕੇ ਇੱਕ ਜੁਮਲਾ ਅਕਬਰ ਦੇ ਲਾਣ ਦਾ ਆਖੀ। ਮੈਂ ਤੁਹਾਨੂੰ ਯਾਦ ਹੋ, ਮੈਂ ਮੁਹਰਮ 6 ਸਾਲ ਵੀ ਆਖਿਆ, ਜਿਹੜਾ ਔਖਾ ਮਾਤਮੀ ਆ ਤੁਸੀਂ ਉੱਥੇ ਮੌਜੂਦ ਆਓ ਬਾਬੂ ਜੀ, ਜਿਹੜੀ ਮਾਤਮੀਆਂ ਦੀ ਹਾਲਤ ਆ, ਕੋਸ਼ਿਸ਼ ਕਰ ਸਾਂ ਜੇ ਬਰਦਾਸ਼ਤ ਕਰ ਗਏ ਤੇ ਅਕਬਰ ਦੇ ਲਾਣ ਦਾ ਇੱਕ ਜੁਮਲਾ ਆਖਸਾਂ। ਅਕਬਰ ਦੇ ਬਾਬਾ ਮੈਨੂੰ ਚਾਚਾ ਮੇਰੇ ਸਾਹਮਣੇ ਇੰਜ ਬੈਠਾ ਜਿਵੇਂ ਨਿਮਾਜ਼ੀ ਤਸ਼ਰੇ ਚ ਬਾ, ਸਦਕੇ ਜਾ, ਚਲੋ ਮੈਂ ਪੜ੍ਹਦਾ ਜੁਮਲਾ ਜੇ ਬਰਦਾਸ਼ਤ ਕਰ ਪੜ੍ਹਦਾ। ਅਕਬਰ ਦੇ ਬਾਬਾ ਇੰਜ ਕਰਕੇ ਮੈਂ ਸਾਹਮਣੇ ਮੇਰੇ ਚਾਚਾ ਬੈਠੇ, ਮੈਨੂੰ ਉਹਦਿਨ ਅਕਬਰ ਇੱਕ ਰਾਜ਼ ਦੱਸਾਂ, ਚਾਚਾ ਦੱਸੋ ਇਹ ਜੁਮਲੇ ਤੇ ਹਾਇਕ ਕਰਿਆ, ਇਤਨੀ ਕਰੀ ਨਾਲ ਅਲਾ ਮੁਮਨ ਗਵਾਹ ਹੋ ਜਾਏ। ਅਕਬਰ ਦੇ ਬਾਬਾ ਮੇਰੇ ਪਾਸੇ ਵੇਖ ਕੇ ਦਿਨ, ਤੂੰ ਨਹੀਂ ਜਾਣਦਾ ਇਹ ਜਿਹੜੀ ਮੇਰੀ ਸਹਿਣ ਹੈ ਨਾ ਸਹਿਣ ਜ਼ੈਨਬ, ਇਹ ਤੇਰੀ ਮਾਂ ਨਹੀਂ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਅੱਲਾਹ ਕਬੂਲ ਫਰਮਾਵੇ, ਇਹ ਜਿਹੜੀ ਮੇਰੀ ਸਹਿਣ ਹੈ ਨਾ ਇਹ ਤੇਰੀ ਮਾਂ ਨਹੀਂ, ਤੇਰੀ ਮਾਂ ਹੈ ਮੇਰੀ ਸ਼ਰਮ ਵਾਲੀ ਭਰਜਾਈ ਲੈਲਾ। ਸੱਯਦ ਉਮਤੀ ਸ਼ੀਆ ਸੁਨੀ ਹਰ ਅੱਖ ਪਈ ਵਸਦੀ ਹੈ, ਮੈਂ ਇੱਦਾਂ ਉਹ ਪੁੱਤਰ ਜੀਂਦਾ ਨਾ ਹੋਵੇ ਜਿਹੜਾ ਜੀਂਦਾ ਹੈ ਤੇ ਅਕਬਰ ਦਾ ਮਾਤਮ ਨਹੀਂ ਕਰ ਸਕਿਆ। ਅਕਬਰ ਦੇ ਬਾਬਾ ਮੈਂ ਡਿੱਠਾ, ਮੈਂ ਸੁਣਿਆ, ਚਾਚਾ ਮੈਨੂੰ ਕਿਸੇ ਦੱਸਿਆ ਹੀ ਨਹੀਂ, ਅੰਮਾ ਲੈਲਾ ਮੇਰੀ ਮਾਂ ਹੈ। ਅਕਬਰ ਮੈਂ ਤੇਰਾ ਚਾਚਾ ਵੀ ਹਾਂ, ਮੈਂ ਤੇਰਾ ਉਸਤਾਦ ਵੀ ਹਾਂ, ਲਾਲਾ ਹੱਥ ਬੰਨ ਕੇ ਪੈਦਾ, ਮੈਂ ਤੇਰਾ ਨੌਕਰ ਵੀ ਹਾਂ। ਉਹ ਮਈ ਮਾਂ ਦਾ ਇੱਕ ਵਾਰੀ ਉਹਨੂੰ ਮਾਂ ਆਖ। ਅਕਬਰ ਦੇ ਬਾਬਾ ਮੈਂ ਜ਼ੇਨੇ ਸੋਚਿਆ, ਮੈਨੂੰ ਚਾਚੇ ਆਖਿਆ ਰੁਕ ਮੈਂ ਤੈਨੂੰ ਦੱਸਾਂ ਹੋਇਆ ਕੀ ਆਈ। ਜਦੋਂ ਤੇਰੀ ਆਮਦ ਹੋਈ ਆਈ ਨਾ, ਹੁਸੈਨ ਦੇ ਦਰਵਾਜ਼ੇ ਤੇ ਨਬੀ ਮਲਾਇਕਾ ਆਏ, ਜੋ ਜੋ ਕਿਸੇ ਮੰਗਿਆ ਹੁਸੈਨ ਅਤਾ ਕੀਤਾ। ਅਕਬਰ ਦੇ ਬਾਬਾ ਜਦੋਂ ਬਹਿਣਾ ਆਈਆਂ ਨਾ ਬਹਿਣਾ, ਮੈਨੂੰ ਚਾਚੇ ਦੱਸਿਆ ਜਦੋਂ ਫੁੱਫੀਆਂ ਮੇਰੀਆਂ ਆਈਆਂ ਤੁਹਾਡੇ ਸਾਹਮਣੇ ਖੜੀਆਂ ਹੋਈਆਂ, ਬਹਿਣਾ ਦਿੱਤੀ ਮੁਬਾਰਕੀ। ਇਹ ਗਾਜ਼ੀ ਅਕਬਰ ਨੂੰ ਪਿਆ ਦੱਸਦਾ, ਬਹਿਣਾ ਦਿੱਤੀ ਮੁਬਾਰਕੀ, ਹੁਸੈਨ ਆਖਿਆ ਅੱਜ ਮੇਰੀਆਂ ਬਹਿਣਾ ਜੋ ਮੰਗੋ ਮੈਂ ਤੁਹਾਨੂੰ ਅਤਾ ਕਰਦਾ, ਜੋ ਮੰਗੋ ਬਹਿਣਾ ਜੋ ਹੋਈਆਂ ਅਸੀਂ ਅਤਾ ਕਰਦੇ, ਮੈਂ ਭਰਦਾ ਮੈਂ ਅਤਾ ਕਰਦਾ। ਇੰਜ ਤੇਰੀ ਫੁੱਫੀ ਹੱਥ ਵਧਾਇਆ ਨੇ, ਇੰਜ ਮੰਗਾ ਤੇਰੇ ਬਾਬੇ ਆਖਿਆ ਮੰਗੋ ਤੇ ਰੋ ਕੇ ਦੀ ਜੇ ਦੇਣਾ ਤੇ ਇਹੋ ਅਕਬਰ ਦੇ ਦੇ। ਸ਼ਾਬਾਸ਼, ਹੁਣ ਹੁਣ ਬੰਦੇ ਰਲੇ, ਹੁਣ ਚਾਹੁੰਦਾ ਮੈਂ ਜਿਵੇਂ ਮੁਕਾਨ ਹੋ ਜਾਵੇ ਜੀ, ਸਦਕੇ ਜਾਵਾਂ, ਜੇ ਦੇਣਾ ਨਾ ਤੇ ਫਿਰ ਇਹੋ ਅਕਬਰ ਮੈਨੂੰ ਦੇ ਦੇ। ਮੇਰੇ ਵੇਖਿਆ ਜੇ ਇਹ ਲਫ਼ਸ ਵੇਖਣ ਨਾਲ ਤਲਕ ਰੱਖਦਾ, ਤੇਰੇ ਬਾਬੇ ਤੇਰੀ ਅੰਮਾ ਵਾਲੇ ਪਾਸੇ ਵੇਖਿਆ। ਸਦਕੇ ਜਾਵਾਂ ਸਦਕੇ ਜਾਵਾਂ, ਇਹ ਇੰਜ ਕਰਕੇ ਡਿੱਠਸ, ਇੰਜ ਬੋਲਿਆ ਨਹੀਂ ਤੇਰਾ ਬਾਬਾ, ਹੌਸਲਾ ਵੇਖ ਆਪਣੀ ਮਾਂ ਦਾ, ਤੇਰਾ ਬਾਬਾ ਬੋਲਿਆ ਨਹੀਂ, ਤੇਰੀ ਮਾਂ ਅੱਗੇ ਵਧੀ ਆਈ, ਇੰਜ ਕਰਕੇ ਤੈਨੂੰ ਆਲੀਆ ਦੇ ਹਵਾਲੇ ਕਰ ਦਿੱਤਾ। ਉੱਥੇ ਤੇਰੀ ਫੁੱਫੀ ਪਹੁੰਚੀ ਆਈ, ਪਿੱਛੋਂ ਤੇਰੇ ਬਾਬੇ ਖੱਕਲ ਮਾਰੀ, ਆਲੀਆ ਅਗਰ ਕੱਲ ਮੈਨੂੰ ਲੋੜ ਪੈ ਗਈ ਤੇ ਤੇਰੀ ਫੁੱਫੀ ਆਖੇ ਕੱਲਾ ਨਾ ਦੇ ਸਾਂ ਜੋੜੀ ਨਾਲ ਦੇ ਸਾਂ। ਸ਼ਾਬਾਸ਼ ਸ਼ਾਬਾਸ਼, ਅਮੀਰ ਨਾਲ ਮੇਰਾ ਵਾਸਤਾ ਹੀ ਨਹੀਂ ਜਿਹੜਾ ਹੁਸੈਨ ਦੇ ਦੁੱਖਾਂ ਤੇ ਹਾਏ ਕਰ ਸਕਦਾ। ਜੀ ਕਰਾਂ ਬਾਬਾ, ਮੈਂ ਕੱਲਾ ਨਾ ਦੇ ਸਾਂ, ਫਜ਼ਲ ਅਬਾਸ ਕੱਲਾ ਨਾ ਦੇ ਸਾਂ, ਮੈਂ ਜੋੜੀ ਨਾਲ ਦੇ ਸਾਂ। ਅੱਛਾ ਚਾਚਾ, ਫਿਰ ਉਸ ਦਿਨ ਤੋਂ ਲੈ ਕੇ ਹੁਣ ਤੱਕ ਅਕਬਰ ਉਸ ਤੈਨੂੰ ਪੁੱਤਰ ਨਹੀਂ ਆਖਿਆ।
ਉਹਦਾ ਹੌਸਲਾ ਤਾਂ ਪੱਤਾ ਹੀ ਤੇਰੇ, ਤੂੰ ਕੋਲੋਂ ਲੰਘਦਾ ਤੇਰਾ ਚਿਹਰਾ ਵੇਧੀਏ ਤੈਨੂੰ ਪੁੱਤਰ ਨਹੀਂ ਆਦੀ, ਤੇਰੀ ਕੰਡ ਵੇਧੀਏ ਤੈਨੂੰ ਪੁੱਤਰ ਨਹੀਂ ਆਦੀ। ਸਦਕੇ ਜਾਵਾਂ ਅਕਬਰ ਦੇ ਬਾਬਾ ਟੁਰਦਿਆਂ ਮੈਂ ਉੱਠਿਆ, ਜ਼ਿਹਨ ਵਿੱਚ ਖਿਆਲ ਆਇਆ ਅੱਜ ਮਾਂ ਨੂੰ ਮਾਂ ਆਖਾਂ, ਆਖਣਾ ਵੀ 18 ਸਾਲਾਂ ਬਾਅਦ ਹੈ, ਕਿਵੇਂ ਆਖਾਂ ਮਾਂ ਕਿਵੇਂ ਉਹ ਮੈਨੂੰ ਆਖੇ ਪੁੱਤਰ। ਤਫਸੀਲਾਂ ਡਿਊਟੀਆਂ ਇਨਸ਼ਾਅੱਲਾ ਕੱਲ੍ਹ ਕੋਟਲੀ ਸਾਹਿਬ ਅਮੀਰ ਬੇੜਾ ਬੜਥਾਂ ਅੱਲਾ ਬਿਸ਼ਰਤ ਜ਼ਿੰਦਗੀ। ਅਕਬਰ ਦੇ ਬਾਬਾ ਅਸੀਂ ਨਹੀਂ ਸੋਚਦਾ ਰਿਹਾ ਕਿਵੇਂ ਆਖਾਂ ਮਾਂ ਕਿਵੇਂ ਆਖਾਂ, ਉਹ ਮੈਨੂੰ ਪੁੱਤਰ ਕਿਵੇਂ ਆਖੇ, ਮੈਂ ਉਹਨੂੰ ਮਾਂ ਕਿਵੇਂ ਆਖਾਂ, ਇਤਨੇ ਅਰਸੇ ਬਾਅਦ ਵੀ ਕਿਵੇਂ ਮੱਥੇ ਲੱਗਾਂ। ਅਤੇ ਜੇ ਲੱਗਣਾ ਹੀ ਮੱਥੇ ਤਾਂ ਕੁਝ ਘੰਟੇ ਦਿਨ ਚੜ੍ਹਨਾ, ਮਾਂ ਦੇ ਸਾਹਮਣੇ ਮੈਂ ਕੁਸ ਜਾਣੇ, ਉਸ ਸ਼ਾਮ ਜਾਣੇ, ਕਿਵੇਂ ਮਾਂ ਆਖਾਂ। ਅਕਬਰ ਦਾ ਬਾਬਾ ਉਹ ਖੈਮਾ ਮਾਂ ਦਾ ਇੱਥੇ ਅੰਧੇਰੇ 'ਚ ਮੈਂ ਖੜਾ, ਸਾਈਂ ਕਢਾ ਕਢਾ ਕੇ ਮੈਂ ਪੜ੍ਹਿਆ, ਤੇਰੀ ਮਿੰਨਤ ਮੈਂ ਨਹੀਂ ਕੀਤੀ, ਤੂੰ ਹੁਸੈਨ ਦਾ ਅਜ਼ਾਦਾਰ ਹੈ, ਤੇਰਾ ਆਪਣਾ ਮਿਆਰ ਹੈ, ਦੂਰ ਤੱਕ ਮੇਰੀ ਦੀਦ ਜਾ ਰਹੀ ਹੈ, ਅਜ਼ਾਦਾਰ ਤਸ਼ਰੀਫ ਫਰਮਾਓ, ਵਸਤਾ ਹੀ ਹੁਸੈਨ ਦੇ ਪੁੱਤਰ ਦਾ, ਰੋਣਾ ਨਾ ਰੋਣਾ ਨਸੀਬ ਦੀ ਬਾਤ ਹੈ, ਇੱਕ ਵਾਰੀ ਬਹਿ ਕੇ ਆਪਣੀ ਔਲਾਦ ਜ਼ਿਹਨ 'ਚ ਰੱਖਸੇ ਨਾ, ਬੇਸਾਖਤਾ ਹੈ ਨਿਕਲ ਸੀ। ਅਕਬਰ ਦੇ ਬਾਬਾ ਔ ਖੈਮਾ ਮਾਂ ਦਾ ਇੱਥੇ ਮੈਂ ਖੜਮ, ਤਰੇ ਵਾਰੀ ਮੈਂ ਟੁਰਿਆ, ਹੌਸਲਾ ਨਾ ਹੋਇਆ, ਫਿਰ ਵਾਪਸ ਆ ਗਿਆ, ਕਿਵੇਂ ਆਖਾਂ ਮਾਂ, ਉਹ ਮੈਨੂੰ ਕਿਵੇਂ ਆਖੇ ਪੁੱਤਰ, ਮੰਗਾਂ ਕੀ ਉਹਦੇ ਕੋਲੋਂ। ਚਲੋ ਮੈਂ ਟੁਰਦਾ, ਅਜੇ ਮੈਂ ਟੁਰਨ ਹੀ ਲੱਗਾ, ਅਕਬਰ ਦੇ ਬਾਬਾ ਜ਼ਮੀਨ ਫਟ ਗਈ ਹੋਵੇ ਆ, ਆਸਮਾਨ ਰਹਿ ਗਿਆ ਹੋਵੇ ਆ, ਬਾਬਾ ਇਹ ਮੰਦਰ ਮੈਂ ਨਾ ਵੇਖਾਂ, ਕਿਹੜਾ ਮੰਦਰ, ਮੇਰੀ ਮਾਂ ਦੇ ਸਿਰ 'ਤੇ ਕੁਰਾਨ ਹੈ, ਅਸਮਾਨ ਦੇ ਪਾਸੇ ਮੂੰਹ ਕਰਕੇ ਪਿਆ ਦੀ ਅੱਲਾ ਇਸੇ ਪਾਕ ਕੁਰਾਨ ਦਾ ਵਾਸਤਾ ਹੀ ਅੱਜ ਤੇ ਅਕਬਰ ਮਿਲਾ। ਅਲੀ ਅਕਬਰ ਦੇ ਬਾਬਾ ਦੁਆ ਨਹੀਂ ਹੈ ਮੁੱਕੀ, ਮੈਂ ਦੋਵੇਂ ਹੱਥ ਮੱਥੇ ਤੇ ਰੱਖੇ ਨੇ, ਅੰਮਾ ਮੇਰਾ ਸਲਾਮ, ਮੈਨੂੰ ਆਦੀ ਭੁੱਲ ਗਈਆਂ, ਮਾਂ ਦਾ ਖੈਮਾ ਪਿੱਛੇ ਰਹਿ ਗਏ, ਮੈਂ ਆਖੇ ਨਹੀਂ ਅੰਮਾ ਅੱਜ ਮੈਂ ਤੁਹਾਨੂੰ ਮਿਲਣ ਆਇਆ, ਆਦੀ ਦੱਸ ਦੱਸ ਸਹੀ ਤੈਨੂੰ ਕਹਿ ਦੱਸਿਆ ਜੋ ਮੈਂ ਤੇਰੀ ਮਾਂ, ਮੈਂ ਆਖਿਆ ਚਾਚੇ ਗਾਜ਼ੀ ਦੱਸਿਆ ਤੁਸਾਂ ਮੇਰੀ ਅੰਮਾ ਹੋ, ਅਲੀ ਅਕਬਰ ਦਾ ਬਾਬਾ ਗਾਜ਼ੀ ਦਾ ਨਾਮ ਹੈ, ਮੇਰੀ ਮਾਂ ਦੁਆ ਦਿਆ ਦਰਾਜ਼ ਕੀਤੇ ਨਾ, ਰੋ ਕੇ ਪਈ ਆਦੀ ਅੱਲਾ ਚੱਲਾ ਗਾਜ਼ੀ ਦੀ ਜ਼ਿੰਦਗੀ ਦਰਾਜ਼, ਸ਼ਾਬਾਸ਼ 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 ਸ਼ਾਬਾਸ਼, ਜੇ ਮੈਨੂੰ ਆਖਰੀ ਰਾਤ ਪੁੱਤਰ ਮਿਲਾ, ਅਮੀਰ ਬੰਦੇ ਨਾਲ ਮੈਂ ਪਹਿਲੇ ਆਖਿਆ ਮੇਰਾ ਵਾਸਤਾ ਨਹੀਂ ਆ, ਜਿਹੜਾ ਹਲਕੇ ਦਾ ਮਾਤਮੀ ਅਲੀ ਅਕਬਰ ਦਾ ਸਰ ਜਾਵੇ ਮੈਂ ਲਫਜ਼ਾ ਗਾ, ਅਕਬਰ ਦੇ ਬਾਬਾ ਦੁਆ ਮੰਗਣ ਦੇ ਬਾਅਦ ਸਹੀ ਅਜ਼ਾਦਾ, ਦੁਆ ਮੰਗਣ ਦੇ ਬਾਅਦ ਅੰਮਾ ਮੇਰਾ ਬਾਜ਼ੂ ਪਕੜੇ ਬਾਬਾ ਜੀ, ਖੈਮੇ ਦੇ ਅੰਦਰ ਲੈ ਆਈਏ ਜ਼ਮੀਨ ਤੇ ਬਹਿ ਕੇ ਝੋਲੀ ਬਣਾ ਕੇ ਦੀ, ਅਕਬਰ ਆ ਇੱਕ ਵਾਰੀ ਮੇਰੀ ਝੋਲੀ 'ਚ ਸੰਪਾ, ਮੈਂ ਆਖਾਂ ਅੰਮਾ ਝੋਲੀਆਂ ਜਨਾਦਾਨ ਸਮਝਣ, ਮੈਂ 18 ਸਾਲਾਂ ਦਾ ਜਵਾਨ ਆ, ਮੈਨੂੰ ਆਦੀ ਹੈ ਜਵਾਨ ਉਸੇ ਤੇ ਅਲੀ ਦੀਆਂ ਧੀਆਂ ਵਾਸਤੇ ਮੇਰੇ ਵਾਸਤੇ ਅੱਜ ਦੁਨੀਆ ਤੇ ਆਇਆ ਆ, ਅਲੀ ਅਕਬਰ ਦੇ ਬਾਬਾ ਮੈਂ ਜ਼ਮੀਨ ਤੇ ਲੇਟਾਂ ਸਰ ਮਾਂ ਦੀ ਝੋਲੀ 'ਚ ਰੱਖਿਆ ਆ, ਅਲੀ ਅਕਬਰ ਦੇ ਬਾਬਾ ਮੇਰੀ ਮਾਂ ਮੇਰੀ ਦਾੜੀ ਤੇ ਬੋਸੇ ਲੈਣੇ ਸ਼ੁਰੂ ਕੀਤੇ ਨਾ, ਮੈਨੂੰ ਆਦੀ ਅਕਬਰ ਜੇ ਤਾਈ ਮੈਂ ਤੇਰੀ ਦਾੜੀ ਚੁੰਮਾ, ਤੂੰ ਹੌਲੇ ਹੌਲੇ ਆਖ ਅੰਮਾ ਅੰਮਾ ਅੰਮਾ, ਜਿਵੇਂ ਛੋਟੇ ਬਾਲ ਮਾਵਾਂ ਨੂੰ ਮਾਸ ਡੇਂਦਨ, ਹੋ ਨਹੀਂ ਸਕਦਾ ਬੰਦਾ ਸ਼ੀਆ ਹੋ ਕੇ ਹਾਏ ਨਾ ਕਰੇ, ਅਕਬਰ ਦੇ ਬਾਬਾ ਮੇਰਾ ਮੱਥਾ ਚੁੰਮ ਕੇ ਦੀ ਅਕਬਰ ਮੇਰਾ ਦਿਲ ਲਈ ਤੂੰ ਕੁਝ ਮੰਗੇ ਮੈਂ ਤੈਨੂੰ ਦੇਵਾਂ, ਅਕਬਰ ਦੇ ਬਾਬਾ ਮੈਨੂੰ ਮੌਕਾ ਮਿਲਿਆ, ਮੈਂ ਆਖੇ ਅੰਮਾ ਜੇ ਆਖੇ ਤੇ ਅੱਜ ਮੰਗਾ ਮੰਗ ਮੇਰਾ ਲਾਲ, ਅਕਬਰ ਦੇ ਬਾਬਾ ਮੈਂ ਮਾਂ ਦੇ ਗੱਲ 'ਚ ਪਾਈ ਪਾਈਆਂ, ਮੈਂ ਆਖੇ ਅੰਮਾ ਜੇ ਦੇਵਣਾ ਚਾਹੁੰਦੀ ਹੈ ਮੈਨੂੰ ਮੌਤ ਦੀ ਇਜਾਜ਼ਤ, ਮੈਨੂੰ ਆਦੀ ਹੈ ਤੇਰਾ ਪਹਿਲਾ ਸਵਾਲ ਹੈ, ਮਾਤਮ ਸੁਣ ਲੱਗਦਾ ਹੈ, ਖਾਲੀ ਨਹੀਂ ਵਲੇਂਦੀ ਸਵਾਲ ਸੋਹਣੇ ਕਰਦੇ ਮੇਰਾ ਦਾੜੀ ਲਾਂਦਾ ਬਚੜਾ, ਅਕਬਰ ਦੇ ਬਾਬਾ ਮਾਂ ਮੈਨੂੰ ਮੌਤ ਦੀ ਇਜਾਜ਼ਤ ਦਿੱਤੀ, ਹੋ ਨਹੀਂ ਸਕਦਾ ਬੰਦਾ ਜਿੱਦੀ ਪੁਸ਼ਤੀ ਜੀ ਆਵੇ ਮੰਜਲੇ ਤੇ ਜਹਾਏ ਨਾ ਕਰੇ, ਅਲੀ ਅਕਬਰ ਦੇ ਬਾਬਾ ਮੌਤ ਦੀ ਇਜਾਜ਼ਤ ਦੇ ਬਾਅਦ ਮੈਨੂੰ ਆਦੀ ਅਕਬਰ 18 ਸਾਲ ਮੁਸਲਮਾਨ ਜ਼ਫਰ ਸ਼ਾਹ ਜੀ, ਮੈਨੂੰ ਆਦੀ ਅਕਬਰ 18 ਸਾਲ ਮੁਸਲਸਲ ਮੈਂ ਤੇਰੇ ਕੱਪੜੇ ਬਣਾਏ, ਅਕਬਰ ਨਹਾ ਤੂੰ ਸਕਦਾ ਨਹੀਂ ਕਲਡੀ ਚੜਸੀ ਲੋਟੀ ਪੈਵੇ ਸੀ, ਮੈਂ ਸਮਝਦਾ ਅਕਬਰ ਦੇ ਕੰਮੀ ਪਈ ਵਧੈਨ, ਅਕਬਰ ਮੇਰੇ ਖੇਮੇ ਜਾ ਮੈਂ ਤੈਨੂੰ ਚੋਲੇ ਪਾ ਕੇ ਵੇਖਾਂ ਸੋਹਣੇ ਕਿਹੜੇ ਲੱਗਦੇ ਨੇ, ਅਕਬਰ ਦੇ
ਦੇ ਬਾਬਾ ਮੇਰੀ ਮਾਂ ਇਸ਼ਾਰਾ ਕੀਤਾ ਕਨੂ ਦਾ ਸੰਦੂਕ ਲੈ ਆਈਆਂ। ਅਕਬਰ ਦੇ ਬਾਬਾ ਮੇਰੀ ਮਾਂ ਮੈਨੂੰ ਚੋਲੇ ਪਵਾਉਣੇ ਸ਼ੁਰੂ ਕੀਤੇ। ਅਕਬਰ ਦੇ ਬਾਬਾ ਇੱਕ ਚੋਲਾ ਪਾ ਕੇ ਟੁਰਦਾ ਦੀ ਇਹ ਲਹਾ ਹੁਣ ਇਹ ਪਾ। ਅਕਬਰ ਦੇ ਬਾਬਾ ਉਹ ਪਾ ਕੇ ਟੁਰਦਾ ਦੀ ਇਹ ਲਹਾ ਹੁਣ ਇਹ ਪਾ। ਹੁਕਮ ਜੋ ਦਿੱਤਾ ਤੇ ਸੱਤ ਰੱਖਾ। ਅਕਬਰ ਦੇ ਬਾਬਾ ਚੋਲੇ ਪਾ ਕੇ ਟੁਰਦਾ ਰਹੀਆਂ ਮੇਰੀ ਚੌਂ ਸਾਲਾਂ ਦੀ ਬਹਿਣ ਸਕੀਨਾ। ਕਦੇ ਸਜਿਓ ਮੇਰਾ ਮੂੰਹ ਵੇ ਦੀਏ, ਕਦੇ ਖੱਬਿਓ ਵੇ ਦੀਏ। ਅਕਬਰ ਦੇ ਬਾਬਾ ਵੱਧ ਸਕੀਨਾ ਨਜ਼ਰ ਨਹੀਂ ਆਈ। ਅਕਬਰ ਦੇ ਬਾਬਾ ਮੈਂ ਟੁਰਿਆ ਤੇ ਸੱਤਵੀਂ ਕਨਾਤ ਵਿੱਚ ਖੜੀ ਆਈ। ਮਦੀਨੇ ਦੇ ਪਾਸੇ ਮੂੰਹ ਕੀਤਾ, ਰੋ ਰੋ ਕੇ ਭਈਆ ਦੀ ਸ਼ੁਗਰਾਂ ਜਲਦੀ ਆ। ਫਿਰਾ ਮੌਤ ਦੀ ਤਿਆਰੀ ਪਿਆ ਕਰਦੇ, ਅਦੀਏ ਸ਼ੁਗਰਾਂ ਤੇਰੇ ਨਾਤੇ ਪੇਸ਼ਾਬਾਸ। ਕਿਆ ਬਾਤ ਹੈ ਯਾਰ, ਕਿਆ ਬਾਤ ਹੈ ਜੀ। ਸਦਕੇ ਜੀ ਸੈਯਦਾ ਜੀ, ਮੈਂ ਬਿਸਮਿਲਲਾ ਕਰਾ ਜੇ ਜੁਮਲੇ ਮੈਂ ਔਖੇ ਪੜਨੇ ਨੇ। ਅਲੀ ਅਕਬਰ ਦੇ ਬਾਬਾ ਮੈਨੂੰ ਮਾਂ ਪੋਸ਼ਾਕ ਪਵਾਈ। ਅਕਬਰ ਦੇ ਬਾਬਾ ਆਖਰ ਤੇ ਇਹੋ ਜੀ ਪੋਸ਼ਾਕ ਆਈ ਜਿਹਨੇ ਤੇ ਪੂਰਾ ਕੁਰਾਨ ਲਿਖਿਆ ਹੋਇਆ। ਮੈਂ ਆਖਿਆ ਅੰਮਾ ਇੰਜ ਪੋਸ਼ਾਕਾਂ ਨਹੀਂ, ਇੰਜ ਕਫਨ ਆਉਂਦੇ ਨੇ ਮੈਨੂੰ। ਆਦੀ ਇਕੱਲਿਆਂ ਨੀ ਬਣਾਈ, ਬਤੂਲ ਦੀਆਂ ਦੀਆਂ ਦਾ ਆਦੇ। ਅੱਜ ਵੇਖ ਫਜਰ ਦੀ ਨਮਾਜ਼ ਦੇ ਬਾਅਦ ਕੁਝ ਲਿਖਿਆ। ਅਕਬਰ ਦੇ ਬਾਬਾ ਮੈਂ ਪੜ੍ਹਿਆ ਤੇ ਸੀਨੇ ਤੇ ਲਿਖੀ ਕਾਲੂ ਇਨਾ ਲਿਲਾ। ਸ਼ਾਬਾਸ਼ ਬਈ ਸ਼ਾਬਾਸ਼, ਸ਼ਾਬਾਸ਼ ਬਈ ਸ਼ਾਬਾਸ਼, ਸ਼ਾਬਾਸ਼। ਜਿਹੜਾ ਬੰਦਾ ਸਾਰੀ ਜ਼ਿੰਦਗੀ ਨਹੀਂ ਰੋ ਸਕਿਆ, ਇਜਾਜ਼ਤ ਦਿਓ ਤੇ ਇੱਕ ਲਫ਼ਜ਼ ਔਖਾ ਆਖਾ। ਅਕਬਰ ਦੇ ਬਾਬਾ ਮਾਂ ਪੋਸ਼ਾਕ ਪਵਾਈ। ਸਾਈਂ ਕੱਢਿਆ ਜੀ ਨਾਲ ਖੈਮੇ ਚੋ ਆ ਦੀ ਅਕਬਰ ਆਸ਼ਾ ਲਵੇ ਔਲਾਦ ਕੋਈ ਨਾ ਹੋਵੇ। ਸ਼ਾਬਾਸ਼ ਅਕਬਰ ਦੇ ਬਾਬਾ, ਏਡੀ ਦੁਖੀ ਦੁਆਈ ਜ਼ਮੀਨ ਹੱਲੀਏ। ਮੈਂ ਕਿ ਕੌਣ ਆਦੀ ਸੁਜਾਨ ਤੇਰੀ ਫੁੱਫੀ ਕਲਸੂਮ। ਅਕਬਰ ਅੱਜ ਮੇਰਾ ਕੋਈ ਪੁੱਤਰ ਹੋਵੇ ਆ, ਮੈਂ ਤੇਰੇ ਬਾਬੇ ਤੂੰ ਸਦਕਾ ਕਰਾਂ। ਅਕਬਰ ਦੇ ਬਾਬਾ ਮੈਂ ਕਦਮਾਂ ਤੇ ਹੱਥ ਲਾ ਕੇ ਆਖਿਆ, ਰੋ ਨਹੀਂ ਮੈਂ ਕਿਆਮਤ ਆਈਆਂ ਦਰਾਸਾ, ਮੈਂ ਲੈਲਾ ਦਾ ਨਹੀਂ ਮੈਂ ਕਲਸੂਮ ਦਾ ਪੁੱਤਰ। ਤੇਰੀ ਲਜਪਾਲੀ ਤੂੰ ਸਦਕੇ ਜਾਵਾਂ, ਦੂਰ ਤੱਕ ਮੇਰੀ ਦੀ ਦੇ ਜਿਹੜੇ ਦਰਵਾਜ਼ੇ ਤੱਕ ਮਾਤਮੀ ਖੜੇ ਹੋ ਬੈਠੇ ਹੋ। ਲਫ਼ਜ਼ ਮੈਂ ਇੱਕ ਆਖਣ ਲੱਗਾ ਕਿਉਂਕਿ ਮੇਰੇ ਵੀਰ ਦਾ ਹੁਕਮ ਹੈ। ਲਾਣਾ ਅਕਬਰ ਦਾ ਇੱਕ ਜੁਮਲਾ ਮੈਂ ਪੜ੍ਹਨਾ ਹੈ ਕਿਉਂਕਿ ਮੈਂ ਮੁਹਰਮ ਵਿੱਚ ਵੀ ਪੜ੍ਹਾਂ ਤੇ ਬਰਦਾਸ਼ਤ ਨਹੀਂ ਕਰਦੇ ਮਾਤਮੀ। ਜੇ ਮੈਂ ਪੜ੍ਹ ਸਕਿਆ ਤੇ ਤੇਰੀ ਜ਼ਿੰਦਗੀ ਦਾ ਰੋਗ ਬਣ ਸੀ। ਅੱਕ ਜੀ ਸਦਕੇ ਜਾਵਾਂ, ਸਦਕੇ ਜਾਵਾਂ। ਅੱਛਾ ਮੈਂ ਪੜ੍ਹਦਾ। ਅਲੀ ਅਕਬਰ ਦੇ ਬਾਬਾ ਮੈਂ ਫੁੱਫੀ ਕਲਸੂਮ ਦੇ ਖੇਮੇ 'ਚ ਗਿਆ, ਫੁੱਫੀ ਮੈਨੂੰ ਗਾਨਾ ਬਣਿਆ। ਅਕਬਰ ਦੇ ਬਾਬਾ ਮੇਰੀਆਂ ਮਾਵਾਂ ਭੈਣਾਂ ਪਰਦੇ 'ਚ ਬੈਠੀਆਂ ਸੁਣਦੀਆਂ ਨੇ। ਸ਼ਾਲਾ ਹਰ ਭੈਣ ਬਿਰਾ ਦੀਆਂ ਖੁਸ਼ੀਆਂ ਵੇਖੇ। ਤੁਹਾਡੇ ਹਿੱਸੇ ਦੀਆਂ ਸਤਰਾਂ ਅੱਖਾਂ। ਅਕਬਰ ਦੇ ਬਾਬਾ ਫੁੱਫੀ ਗਾਨਾ ਬਣਿਆ। ਵਤ ਨਾਲ ਲਖੇ ਮੈਂ ਚੁਆਲੀ ਅਕਬਰ ਮੈਂ ਗਾਜ਼ੀ ਦੀ ਭੈਣ। ਕਰਬਲਾ 'ਚ ਹਰ ਕਹਿਣ ਦੇ ਪੁੱਤਰ ਕੁਸਣੇ ਨੇ, ਮੇਰੀਆਂ ਧੀਆਂ ਹੀ ਕੁਸਣੀਆਂ। ਅਕਬਰ ਮੇਰੇ ਖੇਮੇ ਜਾ ਕਮਰ ਮੈਂ ਬਣਦੀਆਂ। ਅਕਬਰ ਦੇ ਬਾਬਾ ਮੈਂ ਫੁੱਫੀ ਦੇ ਖੇਮੇ 'ਚ ਗਿਆ, ਫੁੱਫੀ ਰੁਕਈਆ ਮੇਰੀ ਕਮਰ ਬੰਨੀ ਹੈ। ਮੈਂ ਬਿਸਮਿਲਲਾ ਕਰਾਂ। ਅਕਬਰ ਦੇ ਬਾਬਾ ਵਤ ਨਾਲ ਖੇਮੇ 'ਚ ਆ ਦੀ ਅਕਬਰ 18 ਸਾਲ ਬੁਰਕੀਆਂ 'ਚ ਫਲੇਂਦੀ ਰਹੀਆਂ, ਤੇਰੇ ਲੱਥੇ ਕੱਪੜੇ ਮੈਂ ਉਹਨੂੰ ਮੁਹੰਮਦ ਨੂੰ ਪਵੇਂਦੀ ਰਹੀਆਂ। ਅਕਬਰ ਮੇਰੇ ਖੇਮੇ 'ਚ ਅੱਜ ਸਿਹਰਾ ਮੈਂ ਪਾਵਾਂ, ਸ਼ਬੀਰ ਅਕਬਰ ਦਾ ਬਾਜ਼ੂ ਨਾ ਪਿਆ। ਸੈਯਦ ਆਦੇ ਹਰ ਕੈ ਸ਼ਗਨ ਕੀਤੇ ਨਾ ਆਖਰ ਮੈਂ ਹੀ ਤਾਂ ਪਿਊਆ। ਅਕਬਰ ਦੇ ਬਾਬਾ ਬਿਸਮਿਲਲਾ, ਸੈਯਦ ਆਦਾ ਇੱਥਾਂ ਨਹੀਂ ਬਹਿਣਾ ਦੇ ਸਾਹਮਣੇ। ਸ਼ਬੀਰ ਅਕਬਰ ਨੂੰ ਪੱਗ ਬੰਨੀਏ, ਬੀਬੀਆਂ ਕੁਰਾਨ ਪੜ੍ਹਨਾ ਸ਼ੁਰੂ ਕੀਤੇ। ਹਰ ਅਰਬ ਦਾ ਦਸਤੂਰ ਹੀ ਪੱਗ ਬੰਨਣ ਦੇ ਬਾਅਦ ਇੱਕ ਲੜ ਲੰਬਾ ਛੁੜੇ ਨੇ ਆ। ਸ਼ਬੀਰ ਪੱਗ ਬੰਨੀ ਸ਼ੁਰੂ ਕੀਤੀ, ਕੋਈ ਸੂਰਤ ਯਾਸੀਨ ਪੜ੍ਹਦੇ ਆ, ਕੋਈ ਸੂਰਤ ਤੁਹਾ ਪੜ੍ਹਦੇ ਆ। ਭਾਈ ਜਾਨ ਅਰਬ ਦਾ ਦਸਤੂਰ ਹੀ ਸਿਆਲਕੋਟਾ ਲਿਓ, ਪੱਗ ਬੰਨਣ ਦੇ ਬਾਅਦ ਇਹ ਲੜ ਇੰਜ ਵਲੇ ਨੇ। ਸ਼ਬੀਰ ਇੰਜ ਵਲਾਇਆ ਨਹੀਂ ਭਾਈ ਜਾਨ, ਉਹ ਚੁੰਮੀ ਛੇ ਕੜੀ ਵਾਰੀ, ਉਹ ਮਾਸੀ ਅਕਬਰ ਦੀ ਕੜਾ ਪੁੱਤਰ ਕੋ ਪੱਗ ਬਦਵਾਵੇ। ਸਿਹਰੇ ਦੀ ਜਾਤ ਅਕਬਰ ਦੀ ਖੜਾ ਤਾ ਤੁਲਹਨਾ ਕ ਅਲਮਾਨ 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 ਦੀਆਂ ਲਈ ਦੀਆਂ ਜੀ ਸਹੀ ਜੀ। ਮੈਂ ਬਿਸਮਿਲਲਾ ਕਰਾਂ। ਸਿਹਰੇ ਦੇ ਜਾਤ ਅਕਬਰ ਦੀ ਵੋ ਖੜਾ ਤਾ ਤੁਲਹਨਾ ਕ ਇੱਥੋਂ ਤਾਈ ਮੈਂ ਪੜਿਆ ਔਖਾ ਬੜੇ ਆਰਾਮ ਆਰਾਮ ਨਾਲ ਸਈਦ, ਮੈਂ ਇੱਥੋਂ ਤਾਈ ਆਇਆ ਬੜੇ ਹੌਸਲੇ ਨਾਲ ਆਇਆ। ਹਰ ਅੱਖ ਪਈ ਵਸਦੀ ਏ, ਤੁਸੀਂ ਆਪ ਗਵਾਹ ਹੋ। ਇੱਥੋਂ ਤਾਈ ਮੈਂ ਬੜੇ ਹੌਸਲੇ ਹੌਸਲੇ ਨਾਲ ਆਇਆ ਤਾਂ ਕਿ ਮਾਤਮੀ ਮੇਰੇ ਨਾਲ ਪਹੁੰਚਦੇ ਆਣ। ਮੈਂ ਵੀ ਆਪਣੇ ਵੀਰ ਦੇ ਹੁਕਮ ਦੀ ਤਮੀਲ ਕਰਾਂ ਅਤੇ ਤੁਹਾਡੇ ਜੁਮਲੇ ਨੂੰ ਮੱਦੇਨਜ਼ਰ ਰੱਖਦੇ ਆਇਆ। ਉਹਨਾਂ ਆਖਿਆ ਕੋਈ ਬਰਦਾਸ਼ਤ ਕਰੇ ਨਾ ਕਰੇ, ਇੱਥੋਂ ਚੰਗੀ ਮੌਤ ਕੋਈ ਨਹੀਂ। ਅਲੀ ਅਕਬਰ ਦੇ ਲਾਣ ਦਾ ਇੱਕ ਜੁਮਲਾ ਦੱਸ ਜਾਈ ਭਾਈਆ ਦੇ, ਅਲੀ ਅਕਬਰ ਦਾ ਟੁਰਨ ਵੀ ਦੱਸੀ। ਦੋ ਜੁਮਲੇ ਹੋ ਗਏ,
ਤਾਰੀਖ 'ਚ ਦੋ ਰਿਵਾਇਤਾਂ, ਮਾਫ਼ੀ ਦੇਵਿਆ ਜੀ ਹੁਣ ਲੁਕਾਉਂਦਾ ਨਹੀਂ, ਤਾਰੀਖ 'ਚ ਦੋ ਰਿਵਾਇਤਾਂ ਕਿਉਂਕਿ ਮੈਂ ਇੱਕ ਮਾਤਮੀ ਮੈਨੂੰ ਰਾਹ ਤੱਕ ਕਿਹਾ ਲਾਹੌਰ ਲੁਕਾਉਣਾ ਨਹੀਂ, ਉਹਦੇ ਆਖਣ 'ਤੇ ਮੈਂ ਲੁਕਾਇਆ ਨਹੀਂ, ਹੁਣ ਤੱਕ ਕੁਝ ਮਾਤਮੀ ਹੋਸਪਿਟਲ 'ਚ ਹਨ, ਇਨਸ਼ਾਅੱਲਾ ਮੈਂ ਪੜ੍ਹ ਸਕਾਂ। ਅਲੀ ਅਕਬਰ ਦੇ ਬਾਬਾ ਮੇਰਾ ਸਲਾਮ, ਜੰਗ ਸ਼ੁਰੂ ਮੈਂ ਕਰਨੀ ਹੈ। ਇਹ ਵਾਹਦ ਸ਼ਹੀਦ ਹੈ, ਦੋ ਰਿਵਾਇਤਾਂ, ਇੱਕ ਰਿਵਾਇਤ 18 ਵਾਰੀ ਟੁਰ ਕੇ ਵਲੇ ਹੈ, ਦੂਸਰੀ ਰਿਵਾਇਤ 36 ਵਾਰੀ ਟੁਰਿਆ, 36 ਵਾਰੀ ਵਲੇ ਹੈ, ਦੋ ਰਿਵਾਇਤਾਂ ਜਿਗਰ ਸੰਭਾਲ ਮੈਂ ਪੜਦਾ ਵਾਂ। ਅਲੀ ਅਕਬਰ ਘੋੜੇ ਤੇ ਸਵਾਰ ਹੋਇਆ, ਕੋਈ ਬੀਬੀ ਆਦੀ ਵਾਹ ਮੁਹੰਮਦ ਆ, ਕੋਈ ਆਦੀ ਵਾਹ ਅਲੀ ਆ, ਕੋਈ ਆਦੀ ਅੱਜ ਸੁਗਰਾ ਹੋਵੇ ਆ, ਫਿਰਾ ਪਿਆ ਟੁਰਦਈ ਹੁਕਮ ਜੋ ਦਿੱਤਾਈ, ਅਮੀਰ ਬਣ ਕੇ ਸੁਣ ਤੂੰ ਜਾਣੇ, ਹੁਸੈਨ ਦਾ ਪੁੱਤਰ ਜਾਣੇ, ਮੇਰਾ ਕੰਮ ਲਫਜ਼ਾ ਕਾ, ਜਿਹੜੇ ਹਲਕੇ ਦੇ ਮਾਤਮੀ ਬੈਠੋ, ਸ਼ਬੀਰ ਦਾ ਪੁੱਤਰ ਟੁਰਿਆ, ਸੈਯਦਾ ਦੇ ਅਕਬਰ ਆ, ਇੱਕ ਵਾਰੀ ਵੱਲਾ ਮੈਨੂੰ ਦਾੜੀ ਚੁਮਾ, ਅਕਬਰ ਵਾਪਸ ਆਏ ਸੈਯਦਾ ਦੇ, ਹੁਣ ਵੰਜਲਾ ਦੇ ਹਵਾਲੇ, ਫਿਰ ਆਵਾਜ਼ ਹੀ ਵੱਲਾ ਮੈਨੂੰ ਸੀਨਾ ਚੁਮਾ, ਗਾਜ਼ੀ ਦੀ ਕਸਮ ਹੈ ਅਕਬਰ 7ਵੀਂ ਵਾਰ ਟੁਰੀ ਆਏ, ਸ਼ਬੀਰ ਟਿੱਬੇ ਤੋਂ ਜਾਣੇ ਆਏ, ਅਕਬਰ ਦਾ ਬਾਬਾ ਨਹੀਂ ਵੰਜਣ ਦਿੰਦਾ, ਸੈਯਦਾ ਦੇ ਅਕਬਰ ਰਾਲ ਮੇਰਾ ਦਿਲ ਲਈ ਮੈਂ ਤੇਰੀ ਸ਼ਾਦੀ ਕਰਾਂ, ਹਾਂ ਅਕਬਰ ਆ ਤੇਰੀ ਔਲਾਦ ਹੋਵੇ ਆ ਮੈਂ ਚਾਹ ਕੇ ਖਿਡਾਵਾਂ, ਅਕਬਰ ਮੈਂ ਏਡਾ ਗਰੀਬ ਆ ਮੈਨੂੰ ਤੇਰੀ ਲਾਸ਼ ਚਾਵਣੀ ਪੈ ਗਈ ਹੈ, ਅਕਬਰ ਦਾ ਬਾਬਾ ਅੱਲਾ ਦੇ ਹਵਾਲੇ, ਸੈਯਦਾ ਦੇ ਅਕਬਰ ਹੁਣ ਨਾ ਰੋਕਸ਼ਾ, ਅਕਬਰ ਦਾ ਘੋੜਾ 17 ਕਦਮਾਂ ਤੇ ਆਇਆ ਹੈ, ਅਕਬਰ ਦੇ ਘੋੜੇ ਦੀ ਬਾਗ 'ਚ ਬੀਬੀ ਦਾ ਹੱਥ ਆਇਆ ਹੈ, ਅਕਬਰ ਦੇ ਕੌਣ ਹੈ ਬੀਬੀ ਦੀ ਮਾਵਾਂ ਨੂੰ ਪੁੱਤਰ ਪਿਆਰੇ ਹੁੰਦੇ ਨੇ, ਅਕਬਰ ਦੇ ਕੌਣ ਹੈ ਬੀਬੀ ਦੀ ਸੁਜਾਨ ਤੇਰੀ ਦਾਦੀ ਬਤੂਲ ਆ, ਅਕਬਰ ਮੁੜ ਕੇ ਡਿੱਠੇ ਸ਼ਬੀਰ ਦੀ ਪੱਗ ਲੱਥੀ ਹੋਈ ਹੈ, ਰੋ ਕੇ ਪਿਆ ਦੇ ਇੱਕ ਵਾਰੀ ਵੱਲਾ, ਅੱਲਮਾਨ 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 ਧੀਆਂ ਅਲੀ ਦੀਆਂ ਰਾਜ਼ੀ ਹੋ ਜਾਣ, ਅਕਬਰ ਦੇ ਬਾਬਾ ਨਹੀਂ ਵੰਜ ਜੀ ਜਵਾਨੀ ਰਜਮਾਣੋ, ਅਕਬਰ ਦੇ ਬਾਬਾ ਨਹੀਂ ਵੰਜਣ ਦਿੰਦਾ, ਸੈਯਦਾ ਦੇ ਵੰਜ ਹੁਣ ਨਾ ਰੁਕੇ ਸਾਂ, ਵੰਜ ਹੁਣ ਨਾ ਰੁਕੇ ਸਾਂ, ਸਾਰੇ ਵਿਦਿਆ ਨਹੀਂ ਪੜਦਾ, ਇੱਕ ਸਲਾਮ ਅਲੀ ਅਕਬਰ ਦਾ ਹੋਰ ਪੜਦਾ, ਅਕਬਰ ਦਾ ਘੋੜਾ ਟੁਰਿਆ, ਬੀਬੀਆਂ ਮਾਤਮ ਕੀਤਾ ਬਾਬਾ ਜੀ, ਅਚਾਨਕ ਅਕਬਰ ਦਾ ਘੋੜਾ ਰੁਕਿਆ, ਸਾਰੇ ਵਿਦਿਆ ਨਹੀਂ, ਫਿਰ ਕਿਸੇ ਮਜਲਿਸ ਵਕਤ ਬਜਾਵਾਂ, ਅਚਾਨਕ ਅਕਬਰ ਦਾ ਘੋੜਾ ਰੁਕਿਆ, ਦੋ ਜਾਂ ਤਰੇ ਮਿੰਟ ਮੇਰੇ ਪਾਸ ਵੇਖ, ਅਚਾਨਕ ਅਕਬਰ ਦਾ ਘੋੜਾ ਰੁਕਿਆ, ਅਚਾਨਕ ਅਕਬਰ ਦੇ ਘੋੜਾ ਥੱਕ ਪੀਏ, ਆਪਣੀ ਜ਼ੁਬਾਨ ਚਾਹ ਦੇ ਥੱਕਿਆ ਨਹੀਂ, ਮੇਰੇ ਕਦਮਾਂ ਨੂੰ ਵੇਖ, ਹੁਸੈਨ ਦੇ ਪੁੱਤਰ ਜੋਕ ਕੇ ਡਿੱਠੇ, 4 ਸਾਲਾਂ ਦੀ ਬੀਬੀ ਏ, ਸੁਮ ਨਪ ਕੇ ਪਈ ਆਦੀ, ਅਕਬਰ ਮੈਂ ਗਰੀਬ ਜਿਹੜਾ ਮੈਦਾਨ ਗਈ ਵਾਪਸ ਨਹੀਂ ਆਇਆ, ਮੇਰੇ ਮਾਣ ਮੁੱਕਦੇ ਪਏ ਨੀ, ਮਾਸੂਮਾ ਜਲਦੀ ਨਾਲ ਮੇਰੇ ਸਾਹਮਣੇ ਆ, ਮਾਸੂਮਾ ਸਾਹਮਣੇ ਆਈਏ, ਆਦੀ ਅਕਬਰਾ ਮੈਂ ਇਹ ਨਹੀਂ, ਆਦੀ ਤੂੰ ਘੋੜੇ ਤੋਂ ਲੈ ਆ, ਅਕਬਰ ਜਿਨ੍ਹਾਂ ਦੇ ਕੱਦ ਵੱਡੇ ਹਨ ਉਹਨਾਂ ਤੇਰਾ ਮੂੰਹ ਚੁੰਮਿਆ, ਤੇਰਾ ਸੀਨਾ ਚੁੰਮਿਆ, ਅਕਬਰ ਮੈਂ ਤੈਨੂੰ ਇਹ ਨਹੀਂ, ਆਦੀ ਤੂੰ ਘੋੜੇ ਤੋਂ ਲੈ ਆ, ਅਕਬਰ ਮੈਂ ਮਿੰਨਤ ਕਰੇਂਦੀ ਆ, ਇੱਕ ਵਾਰੀ ਰਕਾਬੇ ਚੋਂ ਪੈਰ ਕੱਢਣਾ, ਅਕਬਰ ਪੈਰ ਕੱਢਣਾ ਦੀਏ ਮੈਂ ਤੇਰੇ ਪੈਰ ਚੁੰਮਦੀ ਆ, ਪੈਰਾਂ ਤੇ ਬੋਸਾ ਲੈ ਕੇ ਆਦੀਏ ਨਿਖੜੀ ਸੁਗਰਾ ਦਬੋ ਸਹੀ, ਅਕਬਰ ਜੇ ਵਿੱਚੋਂ ਰੁਮਾਲ ਕੱਢਿਆ ਸਕੀਨਾ, ਜਦੋਂ ਵਤਨ ਜਾਵੇਂ ਮਾਸੂਮਾ, ਜਾ ਕੇ ਸੁਗਰਾ ਨੂੰ ਰੁਮਾਲ ਦੇਵੇਂ, ਮੂੰਹ ਤੇ ਮਾਤਮ ਕੀਤਾ, ਰੋ ਕੇ ਦੀਏ ਅਕਬਰਾ ਉਹਨਾਂ ਨੂੰ ਦੇ ਜਿੰਨਾ ਮਦੀਨੇ ਜਾਣੇ, ਆਦੀਏ ਮੇਰੀ ਕਬਰ ਸ਼ਾਮ ਮਾਤਮ ਸੁਣ ਲੱਗਦੇ ਆ ਦਾਦਾ, ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ, ਆਦੀ ਉਹਨਾਂ ਨੂੰ ਦੇ ਜਿੰਨਾ ਮਦੀਨੇ ਜਾਣੇ, ਮੇਰੀ ਕਬਰ ਸ਼ਾਮ ਬਣਨੀ ਹੈ, ਮੈਂ ਗਰੀਬ ਹਾਂ। ਅਮਨ ਫਰਸ਼ਾ ਜੀ ਅਕਬਰ ਦਾ ਘੋੜਾ ਟੁਰੀ, ਆਖਰੀ 2 ਮਿੰਟ ਮੈਂ ਸਲਾਮ ਪਿਆ ਕਰਦਾ, ਕਾਫੀ ਮੈਂ ਪੜ ਗਿਆ, ਭਾਈ ਨੂੰ ਮਿੰਬਰ ਦੇਵਾਂ। ਅਲੀ ਅਕਬਰ ਦਾ ਘੋੜਾ ਟੁਰੀ ਆਏ, ਸ਼ਬੀਰ ਨਾਲ ਟੁਰਨਾ ਸ਼ੁਰੂ ਕੀਤਾ, ਸੈਯਦਾ ਦੇ ਜ਼ਮੀਨ ਮੇਰੇ ਪੈਰਾਂ ਥੱਲੋਂ ਨਿਕਲਦੀ ਜਾ, ਮੇਰਾ ਪੁੱਤਰ ਪਿਆ ਟੁਰਦਈ, ਕਿਹੜਾ ਬੰਦਾ ਹੈ ਜਿਹੜਾ ਦੇ ਜੱਦੀ ਪੁਸ਼ਤੀ ਸੀ ਆ, ਮੈਂ ਮਾਤਮ ਨਹੀਂ ਕਰ ਸਕਿਆ। ਅਕਬਰ ਦੇ ਘੋੜੇ ਦੀ ਰਫਤਾਰ ਵਧੀ ਹੈ, ਸ਼ਬੀਰ ਦੌੜਨਾ ਸ਼ੁਰੂ ਕੀਤਾ, ਅਕਬਰ ਦੇ ਘੋੜੇ ਦੀ ਰਫਤਾਰ ਹੋਰ ਵਧੀ ਹੈ, ਸ਼ਬੀਰ ਕਦੇ ਮਿੱਟੀ ਤੇ ਜਣਦੇ ਕਦੇ ਉੱਠਦੇ, ਗਾਜ਼ੀ ਟਿੱਬੇ ਤੋਂ ਲੱਥੇ ਕਦਮਾਂ ਤੇ ਹੱਥ ਲਾ ਕੇ ਦੇ, ਕਿਉਂ ਟੁਰਦੇ ਪੁੱਤਰ ਦੀ ਕੰਡ ਵੇ ਦੇ, ਸਾਡੇ ਮਾਰ ਕੇ ਪੁੱਤਰ ਵਲਾ ਚਾ ਸੈਯਦਾ ਦੇ ਮੇਰੇ ਫਜ਼ਲ ਨੂੰ ਵੇ, ਕਿਹੜਾ ਬੰਦਾ ਹੈ ਜਿਹੜਾ ਆਪਦਾ ਸਾਰੀ ਜ਼ਿੰਦਗੀ ਨਹੀਂ ਰੋ ਸਕਿਆ, ਇੱਜ਼ਤ ਰਸੂਲ ਦੀ ਕਸਮ ਹੈ ਅਕਬਰ ਜੰਗ ਪਿਆ ਕਰਦਾ ਹੈ, ਇੱਕ ਕੁੱਤੇ ਦਾ ਬੱਚਾ ਦੇ ਅਕਬਰ ਤੂੰ ਜੰਗ ਪਿਆ ਕਰਦਾ ਹੈ, ਪੁੱਪੀਆਂ ਦੇ ਖੇਮਿਆਂ ਨੂੰ ਆਗ ਲੱਗ ਗਈ ਹੈ, ਅਕਬਰ ਮੁੜ ਕੇ ਡਿੱਠੇ ਕੁੱਤੇ ਦੇ ਬੱਚੇ ਨੇਜ਼ਾ ਮਾਰੀ ਆਏ, ਸ਼ਬੀਰ ਟਿੱਬੇ ਤੋਂ ਜਾਣੇ ਆਏ, ਰੋ ਕੇ ਪਿਆ ਦੇ ਕੈਂ ਡਿੱਟਾ ਹੋਵੇ ਮੇਰੇ ਅਕਬਰ ਨੂੰ, ਮਸਜਦ ਅਕਸਾ ਤੂੰ ਲਾਂਦਾ ਇੰਜ ਨਾ ਲਾਣਾ,
اب جناب ذاکر اہل بیت سید قمر رضا نقوی صاحب خطاب فرمائیں. بھائی جان کوئی ایک بار ہی ہوئے تسی میں ساتھ وانو سارے ہی جاننے تسی باہر کھلو جو تو ان دے دیں گے. بسم اللہ الرحمن الرحیم. یا علی تیرے چاہنے والوں کی خیر ہو. سامعین محترم سید قمر رضا نقوی صاحب کے بعد ذاکر اہل بیت سید ذریت عمران شرازی صاحب پڑھیں گے اور شبیہ ذوالجناح بھی برآمد کروائیں گے اور نوحہ خوانی بھی فرمائیں گے. مجلس کے اختتام پہ نوحہ خوانی سید ذریت عمران شرازی صاحب فرمائیں گے. بسم اللہ الرحمن الرحیم. مادن تنزیل مانی تاویل خاصان رب جلیل میزان مستقیم وجہ رب کریم نور قدیم کاف تے نون دے درمیانی امر سید الوسیین وارث آسمان و زمین حبل المتین سید الانبیاء سید الاولیاء سید الاوصیاء شاہد و مشہود عابد و معبود ساجد و مسعودی ذات مقدسہ تے عام انسان نہیں قرآن دا کاری بن کے بیماراں دی شفا واسطے منکر دی قضا واسطے خوشنودی مصطفیٰ و مرتضیٰ و سیدہ واسطے صلوات باواز بلند پڑھ. اللہم صلی علی اگر عبادت سمجھ کے صلوات پڑھو تے چار مصرے تو سنو. بس دو جملے ہی دعا ہے چار مصرے تے ایک شیر قصیدے دا. دعا ہے مالک کائنات بانیان دی پر خلوص محنت تمام مومنین مومنات دا خلوص نال ذکر آل محمد سماعت فرماونا. میرے تو پہلے میرے تو بعد تمام نفیس مدخانہ دی نوکری میں حقیر سید سمیت مالک اپنی بارگاہ وچ قبول و منظور فرما. ہر بندہ امین دی صدا بلند کرے حسین بار